ਹੇਤੂ ਪੈਸੇ ਕਮਾਉਣ ਦੇ ਲੈ ਕੇ ਆਈਆਂ ਜੀ ਬਹੁਤ ਹੀ ਵਧੀਆ ਟੈਕਨੀਕ ਅੱਜ ਤੁਹਾਡੇ ਵਾਸਤੇ ਇਸ ਵੀਡੀਓ ਦੇ ਵਿੱਚ ਕਿਉਂਕਿ ਜੇ ਤੁਸੀਂ business ਕਰਨਾ ਚਾਹੁੰਦੇ ਹੋ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਜ਼ਰੂਰ ਵੇਖਿਓ ਕਿਉਂਕਿ ਪਹਿਲੇ ਦਿਨ ਪਹਿ ਕਿਵੇਂ ਬਣਦੇ ਨੇ ਉਹ ਅੱਜ ਤੁਹਾਨੂੰ ਦੱਸਾਂਗੇ ਤੇ ਨਾਲੇ ਤੁਹਾਨੂੰ ਉਹ ਵੀ ਦੱਸਾਂਗੇ ਕਿੰਨੇ ਪੈਸੇ ਤੁਸੀਂ ਕਮਾ ਸਕਦੇ ਹੋ ਜਾਨਣਾ ਚਾਹੁੰਦੇ ਨਾ ਤਾਂ ਵੀਡੀਓ ਨੂੰ ਵੇਖਿਓ ਐਂਡ ਤੱਕ Well खुश भी हो गए कि बना सकते हो यानी कि पैसे तो किन्ने पैसे बना सकते हो तुम अच्छे दसा बट उद करना की है वह दस दें सब तो पहला जेकर पैसे को हैं जिम्मे की पच्ची तो तीह हजार रुपए जो थोड़े को तो तुम उन्होंने 50 60 70 80000 ਰੁਪਏ ਆਰਾਮ ਨਾਲ ਬਣਾ ਸਕਦੇ ਹੋ ਉਹਦੇ ਵਾਸਤੇ ਤੁਹਾਨੂੰ ਕਰਨਾ ਹੈ ਜੀ ਇੱਕ ਵਧੀਆ ਬਿਜ਼ਨਸ ਤੇ ਮੈਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਉਹੀ ਕੰਮ ਜਿਹੜਾ ਕਿ ਤੁਸੀਂ ਵੇਖ ਰਹੇ ਹੋ ਇੱਥੇ ਸੂਟ ਮਟੀਰੀਅਲ ਦੇ ਕਲੈਕਸ਼ਨ ਦੇ ਨਾਲ ਮੈਂ ਤੁਹਾਨੂੰ ਦੱਸਾਂਗੀ ਤੁਸੀਂ ਕਿਵੇਂ ਬਿਜ਼ਨਸ ਕਰਨਾ ਹੈ ਤੇ ਉਹਦੇ ਵਾਸਤੇ ਤੁਹਾਨੂੰ ਕਿੰਨਾ ਜਿਹੜਾ ਕਿ ਪੈਟਰਨ ਹੈ ਉਹ ਲੈਣਾ ਹੈ ਕਿਨੇ ਡਿਜ਼ਾਈਨਸ ਲੈਣੇ ਨੇ ਤੇ ਕਿਹੜੇ ਆਰਟੀਕਲਸ ਆਪਣੇ ਪੰਜਾਬ ਦੇ ਵਿੱਚ ਚੱਲਦੇ ਨੇ ਉਹ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਤਾਂ ਮੈਂ ਤੁਹਾਨੂੰ ਪਹਿਲਾਂ ਕੁਝ ਪੈਹੇ ਰੱਖ ਲੈਣੀਆਂ ਮੈਂ ਪਹਿਹੇ ਤੋਂ ਰੱਖ ਲੈਣੀਆਂ ਬਟ ਤੁਸੀਂ ਪਹਿਲਾਂ ਇੱਕ ਵਾਰੀ ਕਸਟਮਰ ਵੇਖ ਲਓ ਉਦੋਂ ਤੱਕ ਮੈਂ ਇਹ ਜਿਹੜੇ ਤੁਸੀਂ ਕਸਟਮਰ ਵੇਖ ਰਹੇ ਹੋ ਇਹ ਆਪਣੇ 올ਓਵਰ ਇੰਡੀਆ ਤੋਂ ਆਏ ਨੇ ਆ ਆਪਣਾ گاਊਨ ਦਾ ਸੈਕਸ਼ਨ ਹੈ ਜਿੱਥੇ ਤੁਸੀਂ ਇੰਨੀ ਪੀੜ ਵੇਖ ਸਕਦੇ ਹੋ ਕਿਉਂ ਕਿ ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਪੈਸੇ ਦੇ ਨਾਲ ਪੈਸਾ ਜੁੜਦਾ ਹੈ ਉਹੀ ਕਾਰਨ ਆਏ ਨੇ ਕਮ ਇੰਨਾ ਓੱਖਾ ਵੀ ਨਹੀਂ ਜਿੰਨਾ ਤੁਸੀਂ ਸੋਚ ਰਹੇ ਹੋ ਤਾਂ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਸਭ ਤੋਂ ਪਹਿਲਾਂ ਤੁਸੀਂ ਆ ਵਾਲਾ ਕੈਟਲੌਗ ਵੇਖੋ ਕੈਟਲੌਗ ਦੇ ਵਿੱਚ ਤੁਹਾਨੂੰ 6 ਪੀਸਸ ਦਿਖ ਰਹੇ ਹੋਣਗੇ ਦਸਰੇ ਹੈ ਨਾ 6 ਪੀਸਸ ਜੀ ਉਹ ਹੀ ਉਹਦਾ ਇੱਕ ਡਿਜ਼ਾਈਨ ਦਿਖਾਉਣ ਲੱਗੀਆਂ ਤੁਹਾਨੂੰ ਆ ਵੇਖੋ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਸੂਟ ਵਿਕਦਾ ਹੈ ਜਦੋਂ ਆਪਣੇ ਮਾਵਾਂ ਨੇ ਲੈਣਾ ਹੁੰਦਾ ਆ ਵੇਖ ਸਕਦੇ ਤੁਸੀਂ ਪ੍ਰੋਪਰ ਕਾਟਨ ਦੇ ਵਿੱਚ ਮਿਲੂਗਾ ਤੁਹਾਨੂੰ ਡਿਜੀਟਲ ਪ੍ਰਿੰਟ ਹੈ ਨਾਲੇ ਤੁਸੀਂ ਵਰਕ ਵੇਖ ਸਕਦੇ ਹੋ ਇਹਦਾ ਦੁਪੱਟਾ ਵੀ ਤੁਹਾਨੂੰ ਪਿਓਰ ਕਾਟਨ ਦਾ ਮਿਲ ਜਾਂਦਾ ਹੈ ਫੁੱਲ ਲੈਂਥ ਤੇ ਫੁੱਲ ਵਿਡ्थ ਦੇ ਨਾਲ ਇਹਦੇ ਵਿੱਚ 5-4 ਕਲਰਸ ਆਣਗੇ ਸਾਰੇ ਪੈਸਟਰਲ ਕਲਰ ਚਾਰਟ ਨੇ ਇੱਕ ਹੋਰ ਆਰਟੀਕਲ ਦਿਖਾਨਣੀ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਨਾਂ ਨੂੰ ਸੈੱਲ ਕਿਵੇਂ ਕਰਨਾ ਜਿਵੇਂ ਕਿ ਆ ਵੇਖੋ ਉਵੇਂ ਤਾਂ ਆਪਣੇ 78 ਰੁਪਏ ਦੇ ਨਾਲ ਸੂਟ ਦਾ ਕਲੈਕਸ਼ਨ ਸ਼ੁਰੂ ਹੋ ਜਾਂਦਾ ਹੈ ਸਿਰਫ ਔਰ ਸਿਰਫ 78 ਰੁਪੀ ਦੇ ਨਾਲ ਸੁੱਟਾਂ ਦਾ ਕਲੈਕਸ਼ਨ ਸ਼ੁਰੂ ਹੋ ਜਾਂਦਾ ਹੈ ਬਟ ਜੇ ਤੁਸੀਂ ਕਲੈਕਸ਼ਨ ਇੱਥੇ ਵੇਖ ਰਹੇ ਹੋ 78 ਦੇ ਨਹੀਂ ਹੈਗੇ ਨੇ ਉਹਨਾਂ ਦਾ ਤੁਸੀਂ ਪਾਰਟਿਕੂਲਰ ਪ੍ਰਾਈਸ ਜਾਣਨਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਹੈ ਸਕਰੀਨ ਤੇ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਮੈਂ ਤੁਹਾਨੂੰ ਪਾਰਟਿਕੂਲਰ ਪ੍ਰਾਈਸ ਇਸ ਵਾਸਤੇ ਨਹੀਂ ਦੱਸ ਰਹੀ ਕਿਉਂਕਿ ਤੁਹਾਨੂੰ ਪਤਾ ਹੈ ਫਿਰ ਤੁਸੀਂ ਮਾਰਜਨ ਸੈਟ ਨਹੀਂ ਕਰ ਸਕੋਗੇ ਤਾਂ ਆ ਚੱਕਾ ਫਿਰ ਇੱਕ ਹੋਰ ਆਰਟੀਕਲ ਕਿੰਨਾ ਵਧੀਆ ਲੱਗਿਆ ਹੈ ਨਾ ਸਮਝਿਆ ਤੇ ਇਨਵੈਸਟ ਕਰੋ ਜੀ ਹੁਣ 25 ਤੋਂ 30000 ਰੁਪਏ ਆਰਟੀਕਲ ਲੈ ਕੇ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਕਿਉਂਕਿ ਨਸ ਕਰ ਸਕਦੇ ਹੋ ਇੱਕ ਸੂਟ ਦੇ ਵਿੱਚ ਤੁਸੀਂ ਆਰਾਮ ਨਾਲ ਮਿਨੀਮਮ 40% ਮਾਰਜਨ ਐਡ ਕਰਕੇ ਉਹਨਾਂ ਨੂੰ ਸੈਲ ਕਰ ਸਕਦੇ ਹੋ ਤੇ ਮੈਕਸਿਮਮ ਜਿੰਨੇ ਤੁਹਾਡੀ ਸਟਰੈਟਜੀ ਹੋਵੇ ਤਾਂ ਆਹ ਲੋ ਚੱਕ ਕੋਈ ਖੋਰ ਬਹੁਤ ਹੀ ਕੈਂਟ ਦੇ ਆਰਟੀਕਲ ਪਿਓਰ ਕਾਟਨ ਫੈਬਰਿਕ ਤੇ ਵਰਕ ਮਿਲੂਗਾ ਤੁਹਾਨੂੰ neck ਤੇ ਡਿਜ਼ਾਈਨਰ ਪੀਸ ਰਹਿਣ ਵਾਲਾ ਹੈ ਪ੍ਰਿੰਟ ਤੁਸੀਂ ਵੇਖ ਰਹੇ ਹੋ ਬਹੁਤ ਹੀ ਠੀਕ ਕੈਂਟ ਹੈ ਇਹਦਾ ਦੁਪੱਟਾ ਤੁਹਾਨੂੰ ਦਿਖਾ ਦਿੰਦੀ ਆ ਆ ਵੇਖੋ ਇਹਦਾ ਦੁਪੱਟਾ ਉਹਨਾਂ ਹੀ ਸੋਨਾ ਦੁਪੱਟਾ ਹੈ ਇਹਦਾ ਇੱਕ ਹੋਰ ਆਰਟੀਕਲ ਹੈ ਮੇਰੇ ਕੋਲ ਸਭ ਤੋਂ ਪਹਿਲਾਂ ਇਸਦੀ ਪੈਕੇਜਿੰਗ ਤੁਸੀਂ ਵੇਖੋ ਕਿੰਨੀ ਵਦਿਆ ਪ੍ਰੀਮੀਅਮ ਪੈਕੇਜਿੰਗ ਦਿੱਤੀ ਹੋਈ ਹੈ ਤੇ ਇਹਦਾ ਲੁੱਕ ਤੁਸੀਂ ਇੱਥੇ ਵੇਖ ਸਕਦੇ ਹੋ ਪ੍ਰੋਪਰ ਤੁਹਾਨੂੰ ਤੇ ਪਤਾ ਲੱਗ ਜਾਂਦਾ ਹੈ ਕਿ ਇਹਦਾ ਲੁੱਕ ਕਿਹੋ ਜਿਹਾ ਰਹਿਣ ਵਾਲਾ ਹੈ ਤੇ ਇੱਕ ਬਿਜ਼ਨਸ ਹੀ ਹੁੰਦਾ ਹੈ ਜਿਹੜਾ ਕਿ ਤੁਹਾਨੂੰ ਪੈਸੇ ਦੇ ਨਾਲ ਪੈਸਾ ਕਮਾ ਕੇ ਦਿੰਦਾ ਹੈ ਤੁਸੀਂ ਆਰਾਮ ਨਾਲ ਪੈਸੇ ਤੋਂ ਪੈਸੇ ਬਣਾ ਸਕਦੇ ਹੋ ਉਹਦੇ ਵਾਸਤੇ ਸਿਰਫ ਬਿਜ਼ਨਸ ਕਰੋ ਕਿਉਂਕਿ ਬਿਜ਼ਨਸ ਦੇ ਵਿੱਚ ਤੁਹਾਨੂੰ ਅਨਲਿਮਿਟਿਡ ਪੈਸੇ ਮਿਲਣਗੇ ਜਿਹੜਾ ਕਿ ਤੁਹਾਡੇ ਆਪਣਾ ਜਿਹੜਾ ਆਪਾਂ ਲਾਈਫ 'ਚ ਸੋਚ ਕੇ ਚੱਲਦੇ ਆ ਨਾ ਕਿ ਆਪਾਂ ਨੂੰ ਕਰਨਾ ਕੀ ਹੈ ਉਹ ਵੀ ਤੁਸੀਂ ਆਰਾਮ ਨਾਲ ਕਰ ਸਕੋਗੇ ਤੇ ਇਹ ਸਿੱਕੇ ਜੀ ਆਪਣੇ ਕੁਝ ਆਰਟੀਕਲ ਜਿਹੜੇ ਕਿ ਨਵੇਂ ਡਿਜ਼ਾਈਨ ਸੀ ਜਿਹੜੇ ਤੁਸੀਂ ਹੁਣੇ ਵੇਖ ਕੇ ਤੇ ਇਹ ਤੁਸੀਂ ਪਰਚੇਸ ਕਰ ਸਕੋਗੇ ਇਹ ਤੋਂ 500 ਰੁਪਏ ਦੇ ਸਟਾਰਟਿੰਗ ਰੇਂਜ ਦੇ ਨਾਲ ਤੇਦੇ ਵਿੱਚ ਤੁਹਾਨੂੰ 10000 ਡਿਜ਼ਾਈਨਸ ਮਿਲਣਗੇ ਬਟ ਸਾਰੇ ਮੈਂ ਇੱਕ ਵਾਰ ਸੇ ਦਿਖਾ ਨਹੀਂ ਸਕ ਸਕਤੀ ਆਪ ਜਾਣਦੇ ਹੋ ਕਿਉਂਕਿ ਪੋਸੀਬਲ ਹੈ ਨਹੀਂ ਤੇ ਸਾਰੇ ਵੇਖਣ ਵਾਸਤੇ ਸਕਰੀਨ ਤੇ ਇੱਕ ਨੰਬਰ ਹੈ ਉਹ ਤੇ ਪੀਡੀਐਫ ਮੰਗਾ ਲਓ ਨਾਲੇ ਆਪਣਾ ਜਿਹੜਾ ਅਜਮੀਰਾ ਫੈਸ਼ਨ ਹੈ ਉਹ ਸੂਰਤ ਦੇ ਵਿੱਚ ਹੈ ਸੂਰਤ ਰੇਲਵੇ ਸਟੇਸ਼ਨ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਾਰਾ ਦਰਵਾਜ਼ਾ ਰਿੰਗ ਰੋਡ ਤੇ ਤੁਹਾਨੂੰ ਮਿਲ ਜਾਂਦੀ ਹੈ ਵੱਡੀ ਜੀ ਬਿਲਡਿੰਗ ਜਿਹਨੂੰ ਆਪਾਂ ਕਹਿੰਦੇ ਸੁਰਾਨਾ ਵਿੰਡ 01 ਉਥੇ ਗਰਾਉਂਡ ਫਲੋਰ ਤੇ ਮਿਲ ਜਾਊਗਾ ਤੇ ਆਜੋ ਵਿਜ਼ਿਟ ਕਰ ਲੋ ਜਿਵੇਂ ਤੁਸੀਂ ਹੁਣੇ ਵੇਖਿਆ ਆਪਣੇ ਕਸਟਮਰਸ ਆਈ ਸੀ ਇਹਨਾਂ ਦੇ ਵਾਂਗ ਤੁਸੀਂ ਆ ਸਕਦੇ ਹੋ ਤੇ ਫਿਰ ਇੱਕ ਵਧੀਆ ਬਿਜ਼ਨਸ ਕਰ ਸਕਦੇ ਹੋ ਜਿਹੜਾ ਕਿ ਤੁਹਾਨੂੰ ਪ੍ਰੋਫਿਟੇ ਪ੍ਰੋਫਿਟ ਦੇਊਗਾ ਕਿਉਂਕਿ ਤੁਸੀਂ ਜੁੜ ਰਹੇ ਹੋ ਏਸ਼ੀਆ ਦੇ ਸਭ ਤੋਂ ਵੱਡੇ ਨੰਬਰ 1 ਸੂਟ ਮਟੀਰੀਅਲ ਮੈਨੂਫੈਕਚਰਰ ਦੇ ਨਾਲ ਜਿਹੜਾ ਕਿ ਸਭ ਜਾਣਦੇ ਨੇ ਆਪਣੇ ਪੂਰੇ ਆਲ ਔਰ ਇੰਡੀਆ ਦੇ ਵਿੱਚ ਇਹਨਾਂ ਦਾ ਨਾ ਇੰਨਾ ਜਿਆਦਾ ਆਪਾਂ ਕਹਿ ਸਕਦਾ ਹਾਈਲਾਈਟ ਹੋ ਚੁੱਕਿਆ ਹੈ bizness ਕਰਕੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿਉਂਕਿ ਇਹਨਾਂ ਦਾ ਨਾਈ ਤੁਹਾਨੂੰ ਸਭ ਕੁਝ ਦੱਸ ਦਿੰਦਾ ਇੱਕ ਜਾਨਾ ਮਨ ਆਪਾਂ brand ਕਹਿੰਦੇ ਨਾ ਬਿਲਕੁਲ ਉਹੀ ਇਹੀ ਹੈ ਜੀ ਉਹ ਅੱਜ ਮੇਰਾ ਫੈਸ਼ਨ ਜੀਨੋਵਾ brand ਕਹਿੰਦੇ ਆ ਜਿੱਥੇ ਤੁਹਾਨੂੰ ਸਾੜੀ ਸੂਟ ਕੁੜਤੀ ਕਿਡਜ਼ ਐਂਡ men's ਲਹਿੰਗਾ bridal collection bottom wear western wear ਦੁਪੱਟੇ ਇਹਦਾ ਕੁਝ ਵੀ ਨਹੀਂ ਹੋਰ ਵੀ ਬਹੁਤ ਕੁਝ ਮਿਲ ਜਾਂਦਾ ਹੈ ਲਹਿੰਗੇ ਤਾਂ ਤੁਹਾਨੂੰ ਪਤਾ ਇੱਥੇ ਬਥੇਰੇ ਨੇ ਲੈਣਾ ਚਾਹੁੰਦੇ ਹੋ ਜਿਹੜਾ ਮਰਜ਼ੀ ਉਹ ਲੈ ਲਓ ਫਰੈਂਚਾਈਜ਼ੀਜ਼ ਦਾ ਵੀ ਆਪਸ਼ਨ ਹੈ ਤੁਹਾਡੇ ਕੋਲ ਤੁਸੀਂ ਅਵੈਲ ਲੈ ਸਕਦੇ ਹੋ ਮਤਲਬ ਹਰ ਇੱਕ ਆਪਰਚੂਨਿਟੀ ਹਰ ਇੱਕ ਫੈਸਿਲਿਟੀ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਮਿਲਿਆ ਨੈਕਸਟ ਵੀਡੀਓ ਦੇ ਵਿੱਚ ਇਹੋ ਜਿਹਾ ਕੁਝ ਹੋਰ ਨਵੇਂ ਆਰਟੀਕਲਸ ਨਾਲ ਉਹ ਤੱਕ ਆਪਣਾ ਧਿਆਨ ਰੱਖਿਓ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਨਾਲੇ ਪਲੀਜ਼ ਸਬਸਕ੍ਰਾਈਬ ਕਰ ਲਓ ਤੁਸੀਂ ਸਾਡੇ ਆਪਣੇ ਚੈਨਲ ਨੂੰ ਜਿਹੜਾ ਕੀ ਥੋੜਾ ਅਜਮੇਰਾ ਫੈਸ਼ਨ ਪੰਜਾਬ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਇਹੋ ਜਿਹਾ ਹੋਰ ਵਧੀਆ ਜਾਏ ਜਿਹੜੇ ਆਪਣੇ ਕਲੈਕਸ਼ਨ ਨੇ ਉਹਨਾਂ ਨੂੰ ਵੇਖ